ਇਤਿਹਾਸਿਕ ਜਿੱਤ ਬਾਰੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਆਹ ਜਿਹੜੀ ਸ੍ਰੀ ਅੰਮ੍ਰਿਤਸਰ ਸਾਹਿਬ ਆ, ਕਹਿੰਦੇ ਡਿੱਠੇ ਸਭ ਥਾਂ ਨਹੀਂ ਤੁਪਜੇ ਆ। ਇਹ ਨਿਮਾਣਿਆਂ ਦਾ ਮਾਣ ਆ, ਨਿਤਾਣਿਆਂ ਦਾ ਤਾਣ ਆ, ਨਿਆਸਰਿਆਂ ਦਾ ਆਸਰਾ। ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਸਤਿਗੁਰ ਦੀ ਕਿਰਪਾ ਹੋਈ, ਮੈਨੂੰ ਚੰਗੀ ਪਾਰਟੀ ਮਿਲੀ, ਚੰਗੇ ਲੀਡਰ ਮਿਲੇ। ਨਰਿੰਦਰ ਭਾਈ ਮੋਦੀ ਸਾਹਿਬ ਨੇ ਬਾਂਹ ਫੜੀ ਔਰ ਮਾਨਯ ਅਮਿਤ ਸ਼ਾਹ ਸਾਹਿਬ ਨੇ ਬਾਂਹ ਫੜੀ, ਚੰਗੀ ਪਾਰਟੀ ਸੀ ਤੇ ਫਿਰ ਮੈਨੂੰ ਦਿੱਲੀ ਤੋਂ ਲੜਾਇਆ ਗਿਆ ਔਰ ਬੜੀ ਸ਼ਾਨੋ ਸ਼ੌਕਤ ਨਾਲ ਮਾਲਕਾਂ ਨੇ ਜਿੱਤ ਬਖਸ਼ੀ ਆ। ਸ਼ੁਕਰਾਨਾ ਹੀ ਕਰਨ ਆਇਆ ਮੈਂ ਨਤਮਸਤਕ ਹੋਣਾ। ਬਹੁਤ ਜ਼ਿਆਦਾ ਵਾਅਦੇ ਨਹੀਂ ਕਰੀਦੇ, ਕੰਮ ਕਰਕੇ ਫਿਰ ਦਿਖਾਈਦਾ। ਸਾਨੂੰ ਇਹ ਸਿਖਾਇਆ ਗਿਆ, ਸਾਡੇ ਲੀਡਰ ਵੀ ਵਾਅਦੇ ਨਹੀਂ ਕਰਦੇ, ਪੂਰਾ ਕਰਕੇ ਕੰਮ ਲੋਕਾਂ ਨੂੰ ਦੱਸਦੇ ਨੇ ਕਿ ਆਹ ਕੰਮ ਹੋ ਗਿਆ। ਬਾਕੀ ਮੈਂ ਉੱਥੇ ਮਹਿਸੂਸ ਕੀਤਾ ਕੰਪੇਨ ਦੇ ਦੌਰਾਨ ਜੋ ਅਬਜ਼ਰਵ ਕੀਤਾ, ਉਹਨੂੰ ਸੀਕੁਐਂਸ ਵਾਈਜ਼ ਜਿਹੜਾ ਕੰਮ ਪ੍ਰਾਇਓਰਿਟੀ ਬੇਸ ਤੇ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਉਹ ਕਰਾਂਗੇ, ਫਿਰ ਸੈਕੰਡਰੀ, ਫਿਰ ਸਾਰਾ। 5 ਸਾਲ ਸਿਰਫ ਕੰਮ ਔਰ ਕੰਮ ਹੀ ਕਰ। ਪੰਜਾਬ ਚ ਵੇਖਿਆ 2 ਸੀਟਾਂ ਲਈਆਂ, ਹਾਂਜੀ 3 ਹੀ ਸੀ, ਠੀਕ ਹੈ। ਪੰਜਾਬ ਦੇ ਆਪਣੇ ਪੰਜਾਬੀਆਂ ਦਾ ਮੂਡ ਆਪਣਾ, ਵੈਸੇ ਜਿੱਥੇ ਸਾਰੇ ਭਾਰਤ ਨੇ ਏਕਾ ਕਰ ਲਿਆ ਸੀ, ਪੰਜਾਬ ਨੂੰ ਵੀ ਚਾਹੀਦਾ ਸੀ ਆਪਣੇ ਉਸ ਲੀਡਰ ਨੂੰ ਜਿਤਾਓ ਜਿਹੜਾ ਓਨੈਸਟ ਹੈ, ਉਸ ਲੀਡਰ ਨੂੰ ਜਿਤਾਓ ਜਿਹਦਾ ਕੋਈ IQ ਆ, ਜਿਹਦਾ ਵਿਜ਼ਨ ਆ, ਜਿਹੜਾ ਸਿਰਫ ਤੇ ਸਿਰਫ ਆਪਣੇ ਰਾਸ਼ਟਰ ਲਈ ਔਰ ਭਾਰਤ ਲਈ ਜੀ ਰਿਹਾ, ਜਿਨ੍ਹਾਂ ਨੇ ਜਦੋਂ ਦੇ ਹੋਇਆ ਆਪਣੇ ਪਰਿਵਾਰ ਲਈ ਜਾਂ ਆਪਣੇ ਲਈ ਕੁਛ ਨਹੀਂ ਕੀਤਾ, ਦੇਸ਼ ਲਈ ਕੀਤਾ। ਇਸੇ ਕਰਕੇ ਤਾਂ ਇਹ ਅਰਦਾਸ ਕਰਨੇ, ਸੱਚੇ ਪਾਤਸ਼ਾਹ ਨਿਰੀਆਂ ਅਹੁਦੇ ਨਾ ਦੇਈ, ਤੌਫੀਕ ਵੀ ਦੇਈ, ਸਮਝ ਵੀ ਦੇਈ, ਤਾਂ ਕਿ ਐਂਡ ਆਫ ਦਾ ਡੇ ਸ਼ਾਬਾਸ਼ ਮਿਲੇ ਸੰਗਤ ਕੋਲੋਂ ਵੀ, ਪਾਰਟੀ ਕੋਲੋਂ ਵੀ ਔਰ ਲੀਡਰ ਕੋਲੋਂ। ਸੰਗੀਤ ਮੇਰੀ ਜ਼ਿੰਦਗੀ ਹੈ, ਮੈਂ ਹੁਣ ਤੱਕ ਜੋ ਵੀ ਮੰਜ਼ਿਲਾਂ ਤੈਅ ਕੀਤੀਆਂ ਸੰਗੀਤ ਦੇ ਸਿਰ ਤੇ ਕੀਤੀਆਂ, ਤੇ ਜਿਸ ਘਰ ਦਰ ਮੱਥਾ ਟੇਕਣ ਆਏ ਆ, ਗੁਰੂ ਘਰ ਵਿਚ ਸਭ ਤੋਂ ਜ਼ਿਆਦਾ ਤਰਜੀਹ ਕੀਰਤਨ ਨੂੰ ਦਿੱਤੀ ਜਾਂਦੀ, ਉਹ ਵੀ ਸੰਗੀਤ ਆ। ਗੁਰੂ ਨਾਨਕ ਸਾਹਿਬ ਦੇ ਘਰ ਤੋਂ ਸੰਗੀਤਕਾਰਾਂ ਨੂੰ ਔਰ ਸੰਗੀਤ ਨੂੰ ਬਹੁਤ ਹੀ ਪਿਆਰ ਮੁਹੱਬਤ ਦਿੱਤਾ ਜਾਂਦਾ। ਕਲਯੁੱਗ ਦੇ ਵਿਚ ਕਹਿੰਦੇ ਕੀਰਤਨ ਪ੍ਰਧਾਨਾ, ਸੋ ਸੁਰ ਔਰ ਲੈ, ਜਿੱਥੇ ਰਵਾਬ ਆ ਉਥੇ ਰਾਗ ਆ ਤੇ ਉਥੇ ਰੱਬ ਹੈ।